हाँ जी, वाहेगुरु जी का खालसा, वाहेगुरु जी की फतेह। पंजाबी असी कुछ दिन पहला बुढ़े दरिया के उत्ते आए सी कि किमें बुढ़ा दरिया जिहड़ा साडियां जिंदगियां तबाह कर रहा, साडी धरती नूं वी इहदे करके कैंसर हो गया। लोक जानवर पशु पंछी कुल चीज़ नुकसानी जा रही है। सो अज मैं तुहानूं दिखाउण लिया, दोबारा असी उस बुढ़े दरिया ते आए हाँ। आ देख लो साढ़े कोल दी वगदा, ये उही बुढ़ा नाला जिहड़ा अजकल बन गया, जिहड़ा जाके सतलुज डिगदा। अज सानू क्यों आना पैगा दुबारे, क्योंकि इन्हां दे इक लाणती MLA ने, इक लाणती इन्हां दा MLA आ, तुहानूं दिखाउणे उहदी वीडियो दिखावांगे वी उहने किवें जिहड़ा उत्थों दे जिहड़े प्रदूषण कंट्रोल बोर्ड दे अधिकारी है अफसर ने उहनां नूं किवें धमका रिहा है, ते किवें जिहड़ियां डाइंग फैक्टरियां ने उहनां नूं चलाउण दी गल जिहड़ी इन्हां दा मुख अपना एक MLA आ गोगी गोगी लुधियाणे तों, उह किवें जिहड़ा सारी गल्लबात कर रहा, ते किवें पंजाब दा मुख्यमंत्री की कहिंदा रहा, पहलां सुण लो, पहलां तां आह सुण लो कि आह देखो इन्हां दा जिहड़ा गोगी MLA आ इह की कर रहा, सुण लो। लुधियाणा की डाइंग इंडस्ट्री को बड़ी राहत मिली है। विधायक गुरप्रीत सिंह गोगी ने प्रदूषण कंट्रोल बोर्ड के आदेशों को वापस कराया। गोगी ने इन आदेशों को विभाग का तुगलक की फरमान करार दिया। सुन लिया जी, हुण अगली भी सुन लियो। जिहड़े प्रदूषण कंट्रोल बोर्ड दे जिहड़े हुक्म होए सी डाइंग फैक्ट्रियां नूं बंद करन दे, MLA ने वापस कराते आ। अगली गल सुन लियो। ਕਿੱਥੇ ਆਪਣੇ ਆਪਣੇ ਅੱਜ ਤੋਂ ਬਾਅਦ ਭਾਈ ਸਾਹਿਬ ਜੇ ਕੋਈ ਉੱਥੇ ਪੜ ਗਿਆ ਮੈਂ ਇਹਨਾਂ ਖੁੱਲੀ ਛੁੱਟੀ ਦੇ ਦਿੱਤੀ ਆ, ਫਿਰ ਨਾ ਵੀ ਬਸ ਆਪਣਾ ਪੜਿਆ ਵਿਚਾਰ ਕੇ ਕੋਈ ਅਫਸਰ ਜਾਵੇ ਉੱਥੇ ਕਟਹਿਰੀ ਆ ਕਹਿੰਦੀ ਗੱਲ ਪਹਿਲੀ ਗੱਲ ਹੈ। ਆਪ ਤੇ ਹੈਲਮਟ ਹੁਲਮਟ ਪਾ ਕੇ ਜਾਇਓ ਉੱਥੇ ਲੈਣਾ ਮੈਨੂੰ ਕਿਉਂ ਆ ਤੁਸੀਂ ਚੰਗੀ ਤਰ੍ਹਾਂ ਸੁਣ ਲਿਆ ਹੁਣ ਇਹਦੇ ਕੋਲੇ ਅਫਸਰ ਖੜੇ ਆ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਖੜੇ ਆ, ਨਾਲ ਡੈਰੀਆਂ ਵਾਲੇ ਖੜੇ ਨੇ, ਨਾਲ ਡਾਈਂਗ ਫੈਕਟਰੀਆਂ ਦੇ ਮਾਲਕ ਬੈਠੇ ਆ। ਇਹ ਅਧਿਕਾਰੀਆਂ ਨੂੰ ਅਫਸਰਾਂ ਨੂੰ ਇਹ ਕਹਿ ਰਹੇ ਵੀ ਉੱਥੇ ਜੇ ਜਾਣਾ ਰਾ ਹਿਸਾਬ ਪੜਿਆ ਵਿਚਾਰ ਕੇ ਜਾਇਓ, ਸਿਰਾਂ ਦੇ ਹੈਲਮਟ ਪਾ ਕੇ ਜਾਇਓ, ਮੈਨੂੰ ਨਾ ਕਹੋ ਕੱਲ੍ਹ ਨੂੰ ਤੁਹਾਡੇ ਸਿਰ ਪਾੜਦੇ ਜਾਂ ਕਿਸੇ ਨੂੰ ਮਾਰਤਾ। ਆਹ ਕਰਤੂਤ ਦੇ ਮਾਲਕ ਆ ਇਹ ਲੋਕ, ਜਿਹੜੇ ਮਸਲੇ ਨੂੰ ਲੈ ਕੇ ਲਗਾਤਾਰ ਰੌਲਾ ਪਿਆ, ਇਹਨਾਂ ਦੇ ਮੰਤਰੀ, ਇਹਨਾਂ ਦੇ ਸਪੀਕਰ, ਖੁਦ ਪੰਜਾਬ ਦਾ ਮੁੱਖ ਮੰਤਰੀ ਗੁਰਪਾਲ ਸਿੰਘ ਜਿਹੜਾ ਅੱਜ ਵੱਡੀਆਂ ਵੱਡੀਆਂ ਸਿੱਟਦਾ ਸੀ ਸੁਖਬੀਰ ਬਾਦਲ ਨੂੰ, ਇਹ ਸੁਣ ਲਓ ਪਹਿਲਾਂ। ਆ ਸੁਣ ਲਿਆ, ਜਿਹੜਾ ਬੰਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬੁੱਢੇ ਦਰਿਆ ਤੇ ਖੜ ਕੇ ਵੀਡੀਓ ਪਾ ਕੇ ਬੋਲਦਾ ਹੁੰਦਾ ਸੀਗਾ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਰਿਹਾ ਜ਼ਹਿਰਾਂ ਨਾਲ, ਕੈਮੀਕਲ ਦੇ ਨਾਲ, ਅੱਜ ਇਹਦਾ MLA ਕਹਿੰਦਾ ਕਿ ਜਿਹੜਾ ਬੰਦਾ ਕੋਈ ਅਧਿਕਾਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੋਈ ਹੋਰ ਅਧਿਕਾਰੀ ਕੋਈ ਅਫਸਰ ਉੱਥੇ ਜਾਊਗਾ, ਹੈਲਮਟ ਪਾ ਕੇ ਜਾਇਓ, ਆਹਦਾ ਪੜਿਆ ਵਿਚਾਰ ਲਿਓ, ਬਖਸ਼ੇ ਨਹੀਂ ਜਾਓਗੇ, ਡਾਈਂਗ ਫੈਕਟਰੀਆਂ ਚਲਾ ਰਹੇ ਨੇ, ਕਿੱਥੇ ਨੇ ਯਾਰ? ਓਏ ਮੈਂ ਪੁੱਛਣਾ ਚਾਹੁੰਦਾ ਭਗਤੋ ਤੁਹਾਡੇ ਕੋਲੋਂ, ਥੋੜਾ ਸਰਕਾਰੀ ਸਾਧ ਕਿੱਥੇ ਅੱਜ ਕੱਲ੍ਹ? ਉਹ ਬੋਰੀਆਂ ਚੱਕੀ ਫਿਰਦਾ ਸੀ, ਬੜੀ ਉਦੋਂ ਮਿਰਚਾਂ ਲੱਗੀਆਂ, ਚੀਕਾਂ ਮਾਰਦੇ ਸੀ ਭਗਤੋ ਕਿ ਸਾਡੇ ਸਰਕਾਰੀ ਸਾਧ ਸੀਚੇਵਾਲ ਬਾਰੇ ਐਂ ਬੋਲ ਰਿਹਾ, ਬੜਾ ਰੌਲਾ ਪਾਇਆ ਸੀ ਉਹਨੇ, ਹਵਾ ਦੂਸ਼ਿਤ ਹੋ ਗਈ, ਪਾਣੀ ਬਰਬਾਦ ਹੋ ਗਿਆ, ਧਰਤੀ ਜ਼ਹਿਰੀਲੀ ਹੋ ਗਈ। ਲਿਆਓ ਨਾ ਫਿਰ ਹੁਣ ਇੱਥੇ ਸਾਧ ਨੂੰ, ਇੱਥੇ ਆਪਾਂ ਤਾਰਗੇ ਇੱਕ ਦਿਨ, ਬੋਰੀਆਂ ਲਿਆਓ ਚੁਕਾ ਕੇ ਉਹਨੂੰ, ਲਾਗੇ ਬੰਨ, ਇੱਥੇ ਰੋਕੀਏ ਜਿਹੜਾ ਬੁੱਢਾ ਨਾਲਾ ਬਣ ਕੇ ਜ਼ਹਿਰ ਕੈਮੀਕਲ ਸਾਡੇ ਪਾਣੀਆਂ ਨੂੰ ਬਰਬਾਦ ਕਰ ਰਹੇ ਹੈ, ਸਾਡੇ ਲੋਕਾਂ ਨੂੰ ਕੈਂਸਰ ਪੀੜ ਗਏ, ਪਸ਼ੂ ਤੱਕ ਮਰ ਰਹੇ ਹੈ, ਬਾਗ ਉੱਜੜ ਗਏ, ਫਾਜ਼ਿਲਕਾ ਬੋਰ ਦੇ ਏਰੀਏ ਦੇ ਵਿੱਚ ਤਬਾਹ ਹੋ ਗਏ ਲੋਕ, ਅਪਾਹਾ ਜਵਾਕ ਪੈਦਾ ਹੋ ਰਹੇ ਨੇ। ਲਿਆਓ ਨਾ ਇੱਥੇ, ਹੁਣ ਕਿੱਥੇ ਗਿਆ ਤੁਹਾਡਾ ਸਰਕਾਰੀ ਸਾਧ? ਗਿਆ, ਸੈਸ਼ਨ ਚੱਲਦਾ, ਵਿਧਾਨ ਲੋਕ ਸਭਾ ਦਾ ਅਜਲਾਸ ਚੱਲ ਰਿਹਾ, ਤੁਹਾਡੇ ਸਰਕਾਰੀ ਸਾਧ ਨੂੰ ਕਹੇ ਬੋਲੇ ਜਾ ਕੇ ਉੱਥੇ, ਕਰੇ ਪੰਜਾਬ ਦੇ ਪਾਣੀਆਂ ਦੀ ਹੱਕ, ਕਰੇ ਰਾਏਪੁਰ ਸਿਧਾਂਤਾਂ ਦੀ ਗੱਲ, ਕਰੇ ਆਹ ਜਿਹੜੀਆਂ ਜ਼ਹਿਰੀਲੀਆਂ ਡਾਈਂਗ ਫੈਕਟਰੀਆਂ ਸਾਰੀਆਂ ਲਿਆ ਕੇ ਦੱਖਣ ਦੇ ਵਿੱਚੋਂ ਲੁਧਿਆਣੇ 'ਚ ਲਾਤੀਆਂ ਦੇ, ਸਾਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ, ਕਰਾਓ ਗੱਲ। ਬੜੀਆਂ ਚੀਕਾਂ ਮਾਰੀਆਂ ਸੀ ਸਾਡੇ ਭਗਤ ਨੂੰ, ਸਾਡੇ ਸਾਧ ਨੂੰ ਸਰਕਾਰੀ ਸਾਧ ਕਹਿੰਦਾ, ਓਏ ਉੱਥੇ ਡਰਾਮੇ ਕਰਨ ਦਾ ਤੁਸੀਂ ਵਾਧੂ ਆ, ਇੱਥੇ ਕਿੱਥੇ ਸੀ ਤੁਸੀਂ? ਓਏ ਹੁਣ ਲਿਆਓ ਨਾ, ਮੈਂ ਦੇਖੂ ਤੁਹਾਡੇ ਵੱਡੇ ਸਾਧ ਨੂੰ, ਤੇ ਨਾਲੇ ਤੁਹਾਡੇ ਗੁਰਪਾਲ ਸਿੰਘ ਮੁੱਖ ਮੰਤਰੀ ਨੂੰ, ਜਿਹੜਾ ਖੜ ਖੜ ਵੀਡੀਓ ਪਾਉਂਦਾ ਹੁੰਦਾ, ਜਿਹੜਾ ਕਹਿੰਦਾ ਸੀਗਾ ਇਹਨਾਂ ਨੇ ਧਰਤੀ ਤਬਾਹ ਕਰਤੀ, ਇਹ ਬੋਰ ਕਰਕੇ ਥੱਲੇ ਪਾਈ ਜਾਂਦੇ ਆ ਪਾਣੀ, ਹੁਣ ਦੇਖਣੋ ਹਟ ਗਏ ਬੋਰ, ਕਿ ਚੜਾਵਾ ਚੜਨ ਲੱਗ ਗਿਆ,
ਕਿ ਜਿਹੜੀ ਉਹ ਕਈ ਕਰੋੜ ਦੀ ਮੁੰਦਰੀ ਪੈਣ ਲੱਗ ਗਈ ਬੀਬਾ ਜੀ ਦੇ ਉਂਗਲ 'ਚ, ਉਹ ਕਿੱਥੋਂ ਆਉਂਦੇ ਹੈਗੇ ਹੁਟ? ਆਪਣੀ ਭੈਣ ਜੀ ਦੇ ਜਿਹੜੇ ਗਹਿਣਿਆਂ ਨਾਲ ਲੱਦੇ ਹੋਏ ਆਹ ਗਲ, ਹਾਰ ਸ਼ਿੰਗਾਰ ਕੀਤਾ ਹੋਇਆ, ਜਿੰਮੀ ਚੂ ਦੇ ਪਾਏ ਹੋਏ ਸੈਂਡਲ ਤੇ 2-2 ਲੱਖ ਦੇ ਪਾਏ ਹੋਏ ਸ਼ੂਟ, ਫਿਰ ਇਹੋ ਜਿਹੜੇ ਵੱਡੇ ਵੱਡੇ ਆ ਫੈਕਟਰੀਆਂ ਦੇ ਮਾਲਕ ਹੈ ਇਹੀ ਗਿਫਟ ਦੇ ਕੇ ਆਉਂਦੇ ਹੈ। ਤਾਂ ਹੀ ਇਹਨਾਂ ਦੀ ਜ਼ਰੂਰਤ ਨਹੀਂ, ਇਕਾਤ ਨਹੀਂ ਇਹਨਾਂ ਦੀ ਕਿ ਹੱਥ ਪਾਲਣਗੇ ਇਹਨਾਂ ਨੂੰ। ਪਾਓ ਇੱਥੇ ਕਦੋਂ ਜਾ ਕੇ ਆ ਆ ਆ ਬਰਬਾਦੀ ਜਿਹੜੀ ਸਾਡੀ ਹੋ ਰਹੀ ਆ। ਹੋਰ ਸੁਣ ਲਓ ਪੰਜਾਬ ਦੇ ਲੋਕੋ, ਆ ਕੱਲ ਨੂੰ ਹੱਥ ਮਾਰੋ ਵਾ, ਜਿਹੜੀਆਂ ਬੈਠੀਆਂ ਤਾੜੀਆਂ ਤੁਸੀਂ ਮਾਰਦੇ ਹੁੰਦੇ ਹੋ, ਤਾੜੀਆਂ ਮਾਰਦੇ ਹੋ, ਆ ਸੁਣ ਲਓ ਸਾਰਾ ਇਹਦਾ। ਤੁਹਾਨੂੰ ਮੈਂ ਕੱਲੀ ਕੱਲੀ ਅੱਜ, ਵੈਸੇ ਤਾਂ ਮੈਨੂੰ ਲੱਗਦਾ ਕਿ ਇਹਦਾ ਵਿਰੋਧ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਇਹਦੀਆਂ ਇਹਦਾ ਵਿਰੋਧ ਤਾਂ ਇਹਦੀਆਂ ਗੱਲਾਂ ਹੀ ਕਰੀ ਜਾਂਦੀਆਂ, ਆਪਦੀਆਂ ਗੱਲਾਂ ਨੂੰ ਇਹ ਆਪ ਹੀ ਕੱਟੀ ਜਾਂਦਾ। ਆ ਸੁਣ ਲਓ, ਕਣਕ ਵਾਲੇ ਨੀ ਦਿੱਤੇ। ਸੁਣ ਲੋ ਇਹ ਇੱਕ ਇੱਕ ਦੀ ਇਹ ਸੁਣ ਲਓ, ਇੱਕ ਤੁਹਾਨੂੰ ਹੋਰ ਸੁਣਾਉਣਾ ਇਹ ਇਹ ਜਿਹੜੇ ਆ ਸੁਣ ਲਓ, ਆ ਵੀ ਸੁਣ ਲਓ। ਅਪਣਾ ਕਰੇ ਕੋਈ ਏਦਾਂ ਦਾ ਫਸਲਾਂ ਦਾ ਨੁਕਸਾਨ ਹੋਵੇ, ਅਗਲੀ ਵਾਰ ਤੋਂ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ, ਬਾਕੀ ਸਭ ਬਾਅਦ ਚ ਹੁੰਦਾ ਰਹੂਗਾ, ਜਿਵੇਂ ਦਿੱਲੀ ਦੇ ਵਿੱਚ ਹੁੰਦਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਕਰਦੀ ਹੈ। ਪਹਿਲਾਂ 20,000 ਏਕੜ ਦਾ ਉਹ ਪੈਸੇ ਦੇ ਦਿੰਦੇ ਆ, ਪਹਿਲਾਂ ਲਓ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ, ਫਿਰ ਦੇਖਾਂਗੇ ਆਪਣੀ ਕਬੀਲਦਾਰੀ ਚਲਾਓ। ਇਹ ਗੱਲਾਂ ਇਹਨੇ ਕਦੋਂ ਕਹੀਆਂ ਸੀ? ਜਦੋਂ ਗੜਿਆ ਨਾ ਫਸਲ ਮਰੀ, ਆ ਗਿਆ 15,000 ਸਿੱਧਾ ਝੋਨਾ ਲਵਾਈ ਦੇ ਆ ਗਏ, ਮੂੰਗੀ ਦੀ MSP ਮਿਲ ਗਈ, ਮੱਕੀ ਵਾਲੇ ਮਿਲ ਗਏ, ਇੱਥੇ ਐਡੇ ਐਡੇ ਰੋਡ ਦਾ ਇਹ ਬਿਨਾਂ ਟਾਇਰਾਂ ਤੋਂ ਰੋੜੀ ਜਾਂਦਾ, ਬਿਨਾਂ ਟਾਇਰਾਂ ਤੋਂ ਉਹ ਸਾਡੇ ਲੋਕ ਹੋਏ ਪਏ ਆ ਥੱਲੇ, ਬੱਲੇ ਬੱਲੇ ਚੱਕਦੇ ਮਾਨ ਸਾਹਿਬ। ਇੱਕ ਪਾਸੇ ਕਹੀ ਜਾਂਦਾ ਆ ਮੈਂ ਸੈਂਟਰ ਤੋਂ ਪੈਸਾ ਕਿਉਂ ਮੰਗਾ, ਮੈਂ ਭੀਖ ਕਿਉਂ ਮੰਗਾ? ਪਹਿਲੀ ਗੱਲ ਤਾਂ ਅਸੀਂ ਟੈਕਸ ਦਿੰਦੇ ਹਾਂ, ਸੈਂਟਰ ਦਾ ਹੱਕ ਬਣਦਾ ਸਾਨੂੰ ਪੈਸਾ ਦੇਣ ਦਾ, ਕੋਈ ਭੀਖ ਨਹੀਂ ਮੰਗ ਰਹੇ। ਇੱਕ ਪਾਸੇ ਇਹ ਕੁਛ ਹੋਰ ਕਹਿੰਦਾ, ਉਹ ਵੀ ਤੁਸੀਂ ਸੁਣੀ ਹੋਣੀ ਆ, ਤੁਹਾਨੂੰ ਸੁਣਾ ਦਿੰਦਾ ਮੈਂ, ਉਹ ਵੀ ਸੁਣੀ ਹੋਣੀ ਆ ਤੁਸੀਂ, ਜਿੱਥੇ ਇਹ ਆਪ ਕੁਛ ਹੋਰ ਕਹਿੰਦਾ ਤੇ ਇਹਦਾ ਜਿਹੜਾ ਮੰਤਰੀ ਚੀਮਾ ਉਹ ਕੁਛ ਹੋਰ ਕਹੀ ਜਾਂਦਾ। ਇਹ ਕਹਿੰਦਾ ਅਸੀਂ ਭੀਖ ਨਹੀਂ ਮੰਗਣੀ, ਅਸੀਂ ਪੈਸਾ ਨਹੀਂ ਲੈਣਾ, ਉਹ ਕਹਿੰਦਾ ਅਸੀਂ ਸੈਂਟਰ ਤੋਂ 1,500 ਕਰੋੜ ਰੁਪਇਆ ਮੰਗ ਰਹੇ ਹਾਂ। ਤੈਨੂੰ ਸੈਂਟਰ ਤੋਂ ਜਦੋਂ ਪੰਜਾਬ ਮਰ ਰਿਹਾ ਉਦੋਂ ਕੋਈ ਲੋੜ ਨਹੀਂ, ਉਦੋਂ ਤੂੰ ਹੱਥ ਨਹੀਂ ਅੱਡਣਾ। ਜਦੋਂ ਪੰਜਾਬ ਦੀ ਜਵਾਨੀ ਨੂੰ NSA ਲਾ ਕੇ ਡਿਬਰੂਗੜ੍ਹ ਸੁੱਟਣਾ, ਝੂਠੇ ਮੁਕੱਦਮੇ 'ਚ ਫਸਾ ਕੇ ਉਹਨਾਂ ਪਰਿਵਾਰਾਂ ਨੂੰ ਜਲੀਲ ਕਰਨਾ, ਉਦੋਂ ਸੈਂਟਰ ਦੇ ਅਮਿਤ ਸ਼ਾਹ ਦੇ ਪੈਰੀਂ ਜਾ ਕੇ ਬੈਠਾ ਸੀਗਾ ਕਿ ਮੈਨੂੰ 25 ਕੰਪਨੀਆਂ ਦਿਓ ਸੈਂਟਰ ਤੋਂ, ਉਦੋਂ ਤੈਨੂੰ ਸੈਂਟਰ ਦੀ ਲੋੜ ਹੈ, ਉਦੋਂ ਲੋੜ ਹੈ ਤੈਨੂੰ ਸੈਂਟਰ ਦੀ? ਵੀ ਹਾਂ, ਜਦੋਂ ਪੰਜਾਬ ਦੀ ਜਵਾਨੀ ਮਾਰਨੀ ਹੈ, ਜੇਲ੍ਹਾਂ ਸਿੱਟਣੀ ਹੈ, ਸਿੱਖਾਂ ਨੂੰ ਬਦਨਾਮ ਕਰਨਾ, ਉਦੋਂ ਤੈਨੂੰ ਲੋੜ ਹੈ ਸੈਂਟਰ ਦੀ। ਉਦੋਂ ਤੇਰਾ ਪੂਰਾ ਹੱਥ ਮਿਲਿਆ ਹੋਇਆ ਅੰਦਰ ਖਾਤੇ, ਤੇਰੀਆਂ ਤਾਰਾਂ ਨਾਗਪੁਰ ਜੁੜੀਆਂ ਹੋਈਆਂ, ਉਹਨਾਂ ਨੂੰ ਜਾ ਕੇ ਰਾਇ ਲੈਣਾ, ਸਲਾਹ ਲੈਣਾ, ਤੇ ਜਦੋਂ ਅੱਜ ਪੰਜਾਬ ਨੂੰ ਲੋੜ ਹੈ ਉਦੋਂ ਕਹਿੰਦਾ ਮੈਂ ਸੈਂਟਰ ਤੋਂ ਭੀਖ ਕਿਉਂ ਮੰਗਾਂ? ਬਥੇਰਾ ਪੈਸਾ ਪੈ ਖਜ਼ਾਨੇ 'ਚ ਯਾਰ, ਐਡੀਆਂ ਗੱਲਾਂ ਦਾ ਕੜਾਹ ਕਰਨ ਵਾਲਾ ਬੰਦਾ, ਇੰਨਾ ਲੋਕਾਂ ਨੂੰ ਗਮਰਾਹ ਕਰਨ ਵਾਲਾ ਬੰਦਾ, ਇਹ ਕੀ ਕਰ ਰਿਹਾ? ਅੱਜ ਇਹਨੇ ਸੁਖਬੀਰ ਬਾਦਲ ਦੀ ਫੋਟੋ ਪਾਤੀ ਕੋਈ ਹੌਲੀ ਹਾਲੀ ਵਾਲੀ, ਕਦੇ ਇਹ ਕੋਈ ਚੁਟਕਲਾ ਸੁਣਾ ਦਿੰਦਾ, ਕਦੇ ਇਹ ਕਿਸੇ ਦੇ ਤੰਜ ਕੱਸਦਾ, ਕਦੇ ਕਿਸੇ ਦੇ ਤੰਜ ਕੱਸਦਾ। ਹੁਣ ਤੁਹਾਨੂੰ ਮੈਂ ਤਾਂ ਹੋਰ ਦਿਖਾ ਦਿੰਦਾ, ਇਹ ਕਹਿੰਦਾ ਨਾ ਇਕੱਲੀ ਇਕੱਲੀ ਗੱਲ ਤੁਹਾਨੂੰ ਅੱਜ ਦਾ ਪੋਤੜੇ ਆਪਾਂ ਫੁਲਾਉਣੇ, ਇਕੱਲੀ ਇਕੱਲੀ ਗੱਲ ਦੀ ਸੁਣ ਲਿਓ ਅੱਜ। ਮਾਸਟਰ ਆ ਮਾਸਟਰਾਂ ਮੋਟਰਾਂ ਵਾਲਾ ਵੀ ਸਾਰਾ ਕਰਾਂਗੇ ਆਪਾਂ। ਪੰਜਾਬੀ ਕਦੇ ਭੀਖ ਮੰਗਦਾ ਦੇਖਿਆ? ਹੱਕ ਮੰਗਦਾ ਜ਼ਰੂਰ ਦੇਖਿਆ ਹੋਊਗਾ, ਭੀਖ ਮੰਗਦਾ ਨੀ ਦੇਖਿਆ। ਦੇਣੇ ਦੇ ਦੋ ਨਹੀਂ ਨਾ ਸੀ, ਸਾਡੇ ਕੋਲੇ ਹੈਗੇ ਆ। ਮੈਂ ਤੁਹਾਨੂੰ ਦੱਸੀ ਜਾਂਦਾ, ਇੱਕ ਮੁਰਗੀ ਤੋਂ ਲੈ ਕੇ ਬੱਕਰੀ, ਮੱਝ, ਕੋਠਾ ਢਹਿ ਗਿਆ, ਮੱਝਾਂ ਵਾਲਾ ਬਾੜਾ ਢਹਿ ਗਿਆ, ਜੀਰੀ ਮਰ ਗਈ, ਜੀਰੀ ਦੁਬਾਰੇ ਲਾਉਣੀ ਪੈ ਗਈ, ਨਹੀਂ ਲੱਗੀ ਉਹ ਵੀ ਮਰ ਗਈ, ਪੈਸੇ ਦਊਂਗਾ, ਕੱਲੇ ਕੱਲੇ ਕਿੱਲੇ ਦੇ ਪੈਸੇ ਦਊਂਗਾ। ਵੱਡੇ ਪੱਧਰ ਦੇ ਉੱਤੇ ਹੜ ਆਏ ਨੇਗੇ, ਪੰਜਾਬ ਦੇ ਕਿਸਾਨ ਦੀ ਫਸਲ ਖਰਾਬ ਹੋਈ ਆ, ਪੰਜਾਬ ਦਾ ਮਜ਼ਦੂਰ ਮਾਰਿਆ ਗਿਆ, ਪੰਜਾਬ ਦੇ ਅੰਦਰ ਸੜਕਾਂ ਟੁੱਟ ਗਈਆਂ,
पंजाब के अंदर बेसिक इंफ्रास्ट्रक्चर काफी हद तक तबाह हो गया। जी असैसमेंट की मैं साढ़े मानयोग डिटेल के अंदर ब्रीफ करके कि किस तरह असैसमेंट हुई है और की जो है सेंटर सरकार को भेजा गया कि किन्ने देख लो ये आप रू कर लिया करो बोलन तो पहला कि बोलना तानू मैं होर सुनाउणा जिहड़ियां गल्लां असल जिवें इह लोकां नू गमराह कर रहा ना। आ देखो आ कौन आ पछाणो माड़ा जिहा इह जनाब विजय सिंगला जिहड़ा मानसाला जिहनू कदे इह थोड़ा खौती इनकलाबी कहना मेरे को स्टैंग है रिकॉर्डिंग है वीडियो है असी अपना फड़ के मंत्री अंदर करता आ बैठा नाल नाल की दे बैठा जिहड़ा ना मंत्री अमित हेर दे नाल होया बैठा ये कहना जी मैं फलाने नू फड़ के अंदर दे दूंगा जी देखिया तुसी मेरे वर्गा बंदा मैं आदे आड़ी नू फड़ के दे दा मनप्रीत बादल नू मनप्रीत नू लख वारी अंदर दे जे मनप्रीत ने गलत किया वह कोई मूरली किली का नहीं अंदर दे तेरे इहदा विजय सिंगले का की बनिया फौजी सिंह सरारी का की बनिया तेरे कटारू चक का की बनिया केड़िया गल्लां करदा तेरी मोगे वाली बीबी एसी ला के घरे ला गई उहदा की बनिया तेरी आ जगराऊं वाली कोठी दबी बैठी सीगी उहदा की बनिया आ तेरे होर दो तीन एमएलए जमीना दबी बैठे दवाई बैठे उहनां दा की बनिया तेरे एमएलए दे खिलाफ तहसीलदारां ने नायब तहसीलदारां ने चिट्ठियां लिखियां कि साथों पैसे मंगदे है साथों गिफ्ट मंगदे है उहनां दा की बनिया किहड़े ड्रामे करी जांदा यार तू केड़ियां गल्लां मेरी गल सुन ए होर कोई ए हल नहीं ये एक गल कर एक तुम्हें गल दसदा तुम साफ गल समझ लो ये खेड की रहा खेड यह दिमाग न यही खेड रहा है भी लगातार आपां भंडी प्रचार करी चलो आ देख लो राजस्थान आ नौकरियां पंजाबियां दियां लिया लिया बाहरले बंदे बिठाई जांदा जिहड़ा कहिंदा सी मैं प्रवास नहीं होण देना इहदे कोले सवाए चुटकले तो कहानियां तो आ कमेडी करन तो इह कमेडी हले भी कमेडी कोई करी जांदा इहनू समझ ही नहीं पै रही भी मैं पंजाब दा मुख्यमंत्री हां यार मैं कहिंदा तू बादलां दीआं फोटोआं पाई जांदा कदे किसे दीआं फोटोआं पाउंदा उहदा नकार ते लोकां ने जीरो है बेरां बट्टे नहीं पुछदा कोई बादलां नूं इत्थे ना कांग्रसियां नूं कौन पुछदा इहनां नूं बादलां नूं ते कांग्रसियां नूं हुण जिथे तू करदा जिथे तू फसदा उथे कोई ना कोई तेरी कहानी हुंदी है कोई ना कोई चुटकला हुंदा गल तू गया कल शहीद अज अपना शहीद आजम ऊधम सिंह दे दिहाड़े दे उत्ते ते उथे तू भंडी गया आउदी लत फड़ ली उहदी बांह फड़ ली शहीदां दी गल घट कीती है आ जिहड़ा तू करदा हुंदा ड्रामेबाजियां जिहड़ी तू कम कलाकारी कर रहे है जिहड़ी कमेडी तू कर रहे है ओ भरावा इह कोई सर्कस दा मदारी नहीं तू हैगा पंजाब दा मुख्यमंत्री है मैं तैनूं होर दिखाउणा जिहड़े पंजाब दे हालात आ सुन ला आ देख ला आ सुन ला आ मामा दे बैन सुन जिहड़ा कहिंदा हुंदा सीगा सिमिआं दीआं लाटां उच्चीआं हो गईआं चुल्हिआं दीआं अग्गां बुझ गईआं हुण तैनूं आ बैन नहीं सुणदे मामा दे हैना आ तेनू बैन नहीं सुन दे आ देख ला आ डिग्गिया पिया नौजवान देख माड़ा जा आ के मरिया पिया चिट्टे दे नाल एक चन्नी आला भी लाता खड़ेरी मैं उही उही गल कर रहा भी तेनू तेनू कख नहीं दिखदा इह बंदे नू मास्टर भी पक्के करते गल्लां नाल इश्तिहारां च फलैक्सां ला दी वड्डियां वड्डे बोर्ड ला दी हुण 2-400 करोड़ दे कि मैं इन्ने मास्टर पक्के करते ना कोई टीए ना कोई डीए ना कोई होर भत्ता ना कोई पेंशन एक 5% दा वाधा करके साल दे अंदर तू 23,000 तनखाह दे उत्ते उह कहिंदा साडा एडा कोझा मजाक कीता इस बंदे ने पक्के करते मैं करता यार तू मैनू लगता हफ्ते दे विच दो वारी दा ड्रामे करदा रोण दे पहला उदे रोया जिदे अपना वह टीचर आले मसले आले दिन रू रोया वो कलाकार तां तू हैगा फिर तू रोया इदे जिदे
कल कल एक कुड़ी ने पंजाब देश पंजाब दा गीत गाया उथे तो रोन लग अखां च पानी लिया यही वो पंजाब दे लोको यही इमोशनल यही जज्बाती खेड थोड़े नाल खेड के थोनू गमराह कर रहा है वो इहनू ना चट्टे वाले देखदे आ रोज मामा भैणा बिलकदियां बैन पाउंदियां और मानसला झोटा बंद होए नू महीना हो गया अंदर दित्ते होए नू वो उहदा कोई हल नहीं तेरे कोले होया प्रवास कर रही जवानी साडी रोज हजारां लखां मुंडे साडा पंजाब खाली हो रहा उजड़ रहा तैनू उधर कोई ध्यान नहीं तेरा और लॉर्ड्स वर्गे अंदरों बैठे इंटरव्यू दे जांदे ओ तेरा उत्थे नहीं कोई तेरा फौ पैंदा उत्थे नहीं तेरा कोई जोर चढ़दा उत्थे तू गल्लां कर छड़दा ते तेरे को ड्रामिया तो सवाए गल्लां तो अलावा है की यार जिहड़े दे भगत ने देखो भगतां नू बहुत बंदे पुट्ठा सिद्धा बोलदे आ कोई तुहानू लीर कहिंदा कोई तुहानू भेड़ कहिंदा ना मैं तुहानू भेड़ कहां ना मैं तुहानू लीरा कहां तुसीं भटके होए हो गमराह होए होए हो क्योंकि गल्लां दा बादशाह है इहने हुण तक कमाई कादी खाधी है गल्लां दी ते है भी अज इहदे कोल गल्लां ही है कोई इहदे कोले अपील नहीं कोई दलील नहीं कोई सिरता वाली गल नहीं कोई रोड मैप नहीं कोई इहदे कोल आउण वाला पंजाब दा फ्यूचर प्लान नहीं हैगा भी जवानी किवें रोकणी है साढ़े हक सेंटर तो किवें लैणे आ डैमां दे पाणियां दे चंडीगढ़ दे पंजाबी बोलदे इलाकियां दे नशा किवें रोकणा है अज जिहड़े नौजवान मर रहे आ गैंगस्टर मार रहे आ उहनां नूं किवें ठल पाउणी इहदे कोल कख नहीं इहनूं इह हुंदा वी जदों मुद्दे तों ध्यान भटकाउणा है लोकां दी गल नाल दी नाल दूजे पासे लै जांदा कदे श्रोमणी कमेटी का मुद्दा खड़ा कर लैंदा कदे कोई मुद्दा खड़ा कर लैंदा जाने असल मुद्दे दे उत्ते आउण ही नहीं दिंदा लोकां नूं यार तां पंजाब दे लोको इस बंदे दी फितरत समझो इस बंदे दी कहानी समझो कि बंदा है की यार इह थोड़े दिमाग नाल खेड रहा थोड़े जज्बातां नाल खेड रहा सवाए गल्लां तों इलावा इहदे पल्ले कख भी नहीं और अजकल दा इन्ना हंकार झलकदा इहदीआं गल्लां दे विच्चों इन्ना मतलब कि अपने आप नूं समझ ही बैठा भी मैं तां पासे नहीं होना यार समा भवंत सिंह समा बड़ा बलवान आ समा बड्डिआं बड्डिआं नूं धरती नाल लिया के पटका के मारदा तूं किहदा पाणी हारा मौका दित्ता परमात्मा ने लोकां ने रब ने इहनूं सही पासे ला इह चुटकले कहानियां ना सुना लोकां नूं इह ड्रामेबाजियां ना कर इह झूठ तूफान ना मार लोकां नूं इह कमेडी नहीं हैगी इह तूं कलाकारी नहीं कर रहा तूं अज भी कलाकारी वाला तेरे उही फसिया होया दिमाग दे विच तेरे गेर कि अज भी मैं स्टेज दे उत्ते कलाकारी कर रहा जां अज मैं विरोधी दल च बैठा नकारे होए लोकां दे बादल नकारे होए कांग्रेसी तैनूं 92 च ताए आ तूं की कर रहा अज बिलकदिया लोक रोज थोड़ा मूंह टुट जाए किसी बंदे दा थोड़े मंत्री दा थोड़े MLA दा खुद थोड़ा तुसीं कोई चिट्टे ते कोई नशे ते बयान दित्ता डेढ़ महीना होगा लगातार मानसा चल रहा मोर्चा कोई थोड़ा बयान नहीं आया असीं आह फड़ लिया असीं उह फड़ लिया उल्टा तुसीं लहर नूं बदनाम करन लई कोई ना कोई प्रापेगंडा चलाउंदे रहिंदे सो इस करके पंजाब दे लोको तुहानूं अपील आ बई इह बंदे दीआं गल्लां तों बचो यार तबाह करके रख दूगा पंजाब नूं मेरी गल याद रखियो असल ग्राउंड दे उत्ते कख नहीं हो रिहा रिश्वत बंद होगी 5000 दी सिटी 50000 च होण लग गई थाणिआं च पैसे चलनों हट गए दुगने चौगने चलते हैं आ दोबारा तुहानूं फिर मैं दिखा दिंदा बुढ़े दरिया दे हालात आ देख लो जिहड़ा जाके सतलुज च डिगना एक थां तों नहीं डिगदा इह पंज थावां तों इन्ना इन्ना पाणी लगातार पै रिहा मैं फिर कहना भगत चीकां ना मारो जे है दलील जे हैगी लत्तां जान जे वाकई किसे असले दे हो तां लिआओ फिर थोड़े सरकारी साध नूं ना थोड़े कपौट संख नूं जिहड़े गल वड्डियां वड्डियां गल्लां मारदे हुंदे सी वी लाओ इत्थे बन्न ओए नहीं पैण देणा पाणी सतलुज क्यों लोकां दीआं जिंदगीआं नाल खेड रहे हो यार क्यों लोकां नूं गमराह कर रहे हो इह लेखा देणा पैणा इहो परमात्मा दी कचहरी है ना जिहड़ी ਇਹ ਲੇਖਾ ਉੱਥੇ ਵੀ ਹੋ ਜਾਂਦਾ ਇਹ ਭੁਲੇਖਾ ਹੁੰਦਾ ਸਾਡਾ ਵੀ ਅਸੀਂ ਪਤਾ ਨਹੀਂ ਕਿਤੇ ਐਂ ਲੋਕਾਂ ਨੂੰ ਗੁੰਮਰਾਹ ਕਰਕੇ ਬੁੱਧੂ ਬਣਾ ਕੇ ਗੱਲਾਂ ਦੇ ਵਿੱਚ ਅਲਝਾਈ ਫਿਰਾਂਗੇ ਉਲਝਣਾ ਨਹੀਂ ਲੋਕਾਂ ਨੇ ਉਲਝਣਾ ਨਹੀਂ ਯਾਦ ਰੱਖੀ ਮੇਰੀ ਗੱਲ ਸਮਾਂ ਆ ਸੁਣ ਰਹੇ ਆ ਲੋਕ ਤੇਰੀਆਂ ਪਰ ਮੈਂ ਤੁਹਾਨੂੰ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾ ਇੰਨੇ ਅਸੀਂ ਮੰਦ ਬੁੱਧੀ ਨਾ ਹੋਈਏ ਇੰਨੇ ਅੰਨੇ ਭਗਤ ਨਾ ਬਣੀਏ ਅਸੀਂ ਹਰ ਗੱਲ ਨੂੰ ਸੋਚੀਏ ਕਿ ਗੱਲ ਕਹਾਣੀ ਪੰਜਾਬ ਦੀ ਜਾ ਕਿੱਧਰ ਨੂੰ ਰਹੀ ਹੈ ਸੋ ਹੁਣ ਦੇਖਦੇ ਹਾਂ ਕਿ ਕਿੱਦੇ ਤੁਹਾਡਾ ਉਹਦੇ ਤੁਹਾਨੂੰ ਮੰਨੂਗਾ ਭਗਤੋ ਜਿੱਦੇ ਤੁਹਾਡੇ ਸਰਕਾਰੀ ਸਾਧ ਨੇ ਇੱਕ ਠੋਕ ਕੇ ਸਪੀਕਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਆ ਗੱਲ ਕਹੀ ਕਿ ਹਾਂ ਰੈਪਰਨ ਸਿਧਾਂਤ ਦੇ ਮੁਤਾਬਕ ਪਾਣੀਆਂ 'ਤੇ ਹੱਕ ਸਤਲੁਜ ਬਿਆਸ ਰਾਵੀ ਤਾਂ ਸਾਡਾ ਹੜਾ ਨੁਕਸਾਨ ਕੀਤਾ ਸੀ ਕਿਸੇ ਨੂੰ ਪਾਣੀ ਨਹੀਂ ਦੇਵਾਂਗੇ ਸਾਡਾ 55 ਲੱਖ ਕਰੋੜ ਰੁਪਇਆ ਰਾਸਤਾ ਨਹੀਂ ਰਾਇਲਟੀ ਬਣਦੀ ਹੈ ਉਹ ਦਿਓ ਜਿੱਦੇ ਗੱਲਾਂ ਕਰਕੇ ਆ ਜਿੱਦੇ ਗੱਲਾਂ ਕਰਕੇ ਅਸੀਂ ਡਾਇੰਗ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਪੰਜਾਬ ਦਾ ਧਰਤੀ ਹਵਾ ਪਾਣੀ ਅਸੀਂ ਦੂਸ਼ਿਤ ਨਹੀਂ ਹੋਣ ਦੇਣਾ ਉਦੇ ਮੈਂ ਮੰਨੂਗਾ ਵੀ ਤੁਹਾਡਾ ਸਰਕਾਰੀ ਸਾਧ ਵਾਕਈ ਲੋਕਾਂ ਦਾ ਦਰਦੀ ਹੈਗਾ ਕਿ ਕੁਰਸੀ ਮਿਲਦੇ ਜਿਹੜੀ ਜਿਵੇਂ ਪਹਿਲਾਂ ਕੜੀ ਘੋਲੀ ਸੀ ਤੁਹਾਡੇ ਸਰਕਾਰੀ ਸਾਧ ਨੇ ਉੱਥੇ ਜੀਰੇ ਵੇਲੇ ਫੈਕਟਰੀ ਦੇ ਹੱਕ ਚੁੱਕ ਕੇ ਖੜ ਗਿਆ ਸੀਗਾ ਬਹੁਤੇ ਭਗਤ ਮੈਨੂੰ ਵੀ ਫੋਨ ਕਰਦੇ ਆ
ਬਾਈ ਜੀ ਸਿਰਚਲ ਦੇ ਖਿਲਾਫ ਨਹੀਂ ਬੋਲਣਾ, ਕਿਉਂ ਨਾ ਬੋਲ ਗਏ ਯਾਰ? ਇਹ ਪਾ ਕੇ ਚੋਲੇ ਇੱਥੇ ਡਰਾਮੇ ਕਰਕੇ ਸਾਧ ਪੁਣੇ ਦਾ ਕਰਕੇ ਸਾਰਾ ਡਰਾਮਾ, ਜਾਂ ਕੋਈ ਪਾ ਕੇ ਉਹੋ ਜਿਹਾ ਮਖੌਟਾ ਜਿਵੇਂ ਪਹਿਲਾਂ ਬਾਦਲਾਂ ਨੇ ਪਾਇਆ ਹੋਇਆ ਸੀ ਮਖੌਟਾ ਪੰਥ ਵਾਲਾ ਸਿੱਖੀ ਵਾਲਾ, ਕਿੱਡਾ ਨੁਕਸਾਨ ਕੀਤਾ ਉਹਨਾਂ ਦੇ ਵੀ। ਅਸੀਂ ਲੋਕ ਭਗਤ ਬਣੇ ਵੀ ਸੀ ਵੀ ਬਾਦਲ ਪਤਾ ਨਹੀਂ ਕਿੱਡਾ ਕੁ ਪੰਥ ਵਾਲਾ, ਲੋਕ ਤੱਕੜੀ ਨੂੰ ਪੰਥ ਸਮਝ ਕੇ ਵੋਟਾਂ ਪਾਈ ਗਏ, ਉਹਨੇ ਨੁਕਸਾਨ ਕਿੱਡਾ ਵੱਡਾ ਕਰ ਗਿਆ, ਇਹੀ ਨੁਕਸਾਨ ਥੋੜਾ ਹੁਣ ਕਰ ਰਹੇ ਆ। ਅਕਦਾ ਚੇਲਾ ਚਾਪਲੂਸ ਚੇਲਾ ਇਹਦਾ ਜਿਹੜਾ ਮੂਸੇਵਾਲ ਦਾ ਕਾਤਲ ਅੱਜ ਕੱਲ੍ਹ ਸਲਾਹਕਾਰ ਬਣਿਆ ਹੋਇਆ, ਉਹ ਵੀ ਅੱਜ ਬੋਲੀ ਜਾਂਦਾ ਸੀ ਕਿ ਭਵੰਤ ਕੋਲ ਤਜਰਬੇ ਹੈ ਨਹੀਂ ਪੈਸਾ ਖਾਣ ਦੇ, ਰੇਤਾਂ ਖੱਡਾਂ 'ਚ ਹਿੱਸਾ ਪਾਉਣ ਦੇ, ਭਵੰਤ ਕੋਲ ਤਜਰਬਾ ਹੈ ਨਹੀਂ ਬੱਸਾਂ 'ਚ ਹਿੱਸਾ ਪਾਉਣ ਦਾ, ਭਵੰਤ ਕੋਲ ਤਜਰਬਾ ਹੈ ਨਹੀਂ ਹੋਟਲਾਂ 'ਚ ਹਿੱਸਾ ਪਾਉਣ ਦਾ। ਆਹਦਾ ਤਜਰਬਾ ਹੈਗਾ, ਝੂਠ ਕਿਵੇਂ ਮਾਰਨੇ ਆ, ਲਾਰੇ ਕਿਵੇਂ ਲਾਉਣੇ ਆ, ਵਾਅਦੇ ਗੱਲਾਂ ਨਾਲ ਗੁੰਮਰਾਹ ਕਿਵੇਂ ਕਰਨਾ, ਕਲਾਕਾਰੀ ਕਮੇਡੀ ਕਿਵੇਂ ਕਰਨੀ ਹੈ, ਇਹਦਾ ਤਜਰਬੇ ਹੈਗੇ ਨੇ ਨਾ, ਇਹਦਾ ਸਾਡੇ ਕੋਲ ਗਏ ਨਹੀਂ ਕਿਤੇ। ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਮਾਹੌਲ ਬਣਾਉਣਾ, ਕਿਵੇਂ ਵਰਤਾਂਤ ਸਿਰਜਣਾ, ਕਿਵੇਂ ਚੈਨਲ ਦੱਬਣੇ ਹੈ, ਕਿਵੇਂ ਚੈਨਲ ਖਰੀਦਣੇ ਹੈ, ਕਿਵੇਂ ਪੱਤਰਕਾਰਾਂ ਦੇ ਪਰਚੇ ਦਰਜ ਕਰਾਉਣੇ ਹੈ, ਕਿਵੇਂ ਜਿਹੜੇ ਬੋਲਦੇ ਲੋਕ ਉਹਦੀ ਆਵਾਜ਼ ਦੱਬਣੀ ਹੈ, ਤਜਰਬੇ ਹੈਗੇ ਹੈ ਕਿ ਵੀ ਹੈ ਨਹੀਂ। ਸਭ ਤੋਂ ਖਤਰਨਾਕ ਤਜਰਬੇ ਤੁਹਾਡੇ ਕੋਲ ਹੀ ਹੈ, ਮਾੜੇ ਸੀ ਹੱਦ ਦਰਜੇ ਦੇ ਮਾੜੇ ਸੀ ਬਾਦਲ ਅਤੇ ਕਾਂਗਰਸੀ, ਲੋਕਾਂ ਨੇ ਨਕਾਰਿਆ, ਧੂੜ ਚਟਾਈ ਹੈ, ਮਿੱਟੀ 'ਚ ਰੋਲਤੇ, ਸਮਾਂ ਸੁਣਦਾ ਵੀ ਨਹੀਂ, ਬਾਹਲਾ ਹੈਗਾ ਭੁਲੇਖੇ 'ਚ ਨਾ ਰਹੋ, ਇਹ ਗੱਲਾਂ ਨਾਲ ਹੁਣ ਜੱਗ ਜਿੱਤਿਆ ਨਹੀਂ ਜਾਣਾ, ਯਾਦ ਰੱਖਿਓ ਮੇਰੀ ਗੱਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।